ਪਿਛਲੇ 15-20 ਸਾਲ ਦੇਖਦਿਆਂ ਇਹ ਬੜੀ ਮਯੂਸੀ ਹੋਈ ਹੈ ਕਿ ਕਿਸੇ ਵੇਲੇ ਮੇਜਰ ਸਟੇਟਸ ਵਿੱਚੋਂ 92-93 ਤੱਕ ਨੰਬਰ 1 ਸੂਬਾ ਜਿਹੜਾ ਰਿਹਾ ਹੋਵੇ, ਅੱਜ ਮੇਜਰ ਸਟੇਟਸ ਵਿੱਚੋਂ 8ਵੇਂ ਸਥਾਨ 'ਤੇ ਪਹੁੰਚ ਗਿਆ ਹੋਵੇ। ਔਰ ਸਾਡੇ ਜਿਹੜੇ ਵਿਅਕਤੀ ਰਾਜ ਕਰ ਰਹੇ ਨੇ ਉਹ ਲਗਾਤਾਰ ਕਹਿੰਦੇ ਰਹਿੰਦੇ ਨੇ ਅਖਬਾਰਾਂ ਵਿੱਚ, ਟੈਲੀਵਿਜ਼ਨ ਚੈਨਲ ਜਿਹੜੇ ਉਹਨਾਂ ਦੇ ਆਪਣੇ ਨੇ, ਕਿ ਅਸੀਂ ਅਜੇ ਵੀ ਨੰਬਰ 1 ਸੂਬਾ ਹੈ। HDI ਦੇ ਵਿੱਚ ਸਾਡਾ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਉਹ ਸਾਡੇ ਤੋਂ ਉੱਪਰ ਚਲਾ ਗਿਆ ਔਰ ਅਸੀਂ 4ਥੇ ਸਥਾਨ 'ਤੇ ਪਹੁੰਚ ਗਏ। ਦੂਜੇ ਸਥਾਨ 'ਤੇ ਬ੍ਰੈਕਟਿਡ ਮਹਾਰਾਸ਼ਟਰ ਨਾਲ ਹੁੰਦੇ ਸੀਗੇ 93-94 ਦੇ ਵਿੱਚ। ਸੋ ਇਹ ਜਿਹੜਾ ਪਿੱਛੇ ਨੂੰ ਜਾ ਰਹੇ ਹਾਂ ਰੈਲੇਟਿਵ ਪੋਜੀਸ਼ਨ ਵਾਲੀ ਗੱਲ ਜਿਹੜੀ ਆ, ਇਹ ਸਾਨੂੰ ਅੱਜ ਪੁੱਛਣ ਦੀ ਜ਼ਰੂਰਤ ਹੈ ਕਿ ਇਹ ਪਿਛਲੇ 20-22 ਸਾਲਾਂ ਦੇ ਵਿੱਚ ਅਸੀਂ ਰੈਲੇਟਿਵਲੀ ਨਿੱਗਰ ਦੇ ਕਿਉਂ ਜਾ ਰਹੇ ਹਾਂ। ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾਕਟਰ ਸੁੱਚਾ ਸਿੰਘ ਗਿੱਲ ਨੇ ਅੰਕੜਿਆਂ ਦੇ ਆਧਾਰ 'ਤੇ ਦੱਸਿਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਕਿੱਡੀ ਵੱਡੀ ਸਮੱਸਿਆ ਪੈਦਾ ਹੋ ਚੁੱਕੀ ਹੈ, ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਜੋ ਸਿੱਖਿਆ ਦਾ ਮਿਆਰ ਹੈ, ਜੋ ਸਿੱਖਿਆ ਦਾ ਢਾਂਚਾ ਹੈ, ਉਹਦੇ ਵਿੱਚ ਕਿੰਨੀ ਗਿਰਾਵਟ ਆ ਚੁੱਕੀ ਹੈ। ਇੱਕ ਮੁੱਦਾ ਰੁਜ਼ਗਾਰ ਦਾ ਹੈ। ਅੱਜ ਵੀ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆ ਕਿ ਕਿੰਨੇ ਪੰਜਾਬੀ ਨੌਜਵਾਨ ਜਿਹੜੇ ਨੇ ਅਮਰੀਕਾ ਜਾਂਦੇ ਹੋਏ ਕਿਸ਼ਤੀ ਦੇ ਵਿੱਚ ਡੁੱਬ ਗਏ, ਉਹ ਇਲੀਗਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਜਿਹੜਾ ਵੀ ਪੰਜਾਬੀ ਐਸਪੀਰੇਸ਼ਨਲ ਹੈ, ਜਿਹੜਾ ਅਗਾਂਹ ਜਾਣਾ ਚਾਹੁੰਦਾ ਹੈ, ਨੌਜਵਾਨ ਖਾਸ ਕਰਕੇ ਜਾਣਾ ਚਾਹੁੰਦਾ ਹੈ, ਉਹ ਕਿਸੇ ਨਾ ਕਿਸੇ ਤਰੀਕੇ ਪੰਜਾਬ ਛੱਡ ਰਿਹਾ, ਜਾਂ ਤਾਂ ਹਿੰਦੁਸਤਾਨ ਦੇ ਦੂਜੇ ਇਲਾਕਿਆਂ 'ਚ ਜਾ ਰਿਹਾ ਜਾਂ ਦੂਜੇ ਦੇਸ਼ਾਂ ਦੇ ਵਿੱਚ ਜਾ ਰਿਹਾ। ਬਹੁਤ ਸਾਰੇ ਲੋਕ ਜਿਹੜੇ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਕਿੱਲਾ 2 ਕਿੱਲੇ ਏਜੰਟਾਂ ਦੇ ਰਾਹੀਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਇਹਦਾ ਮੁੱਖ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਬੜੇ ਵਿਆਪਕ ਪੱਧਰ 'ਤੇ ਬੇਰੁਜ਼ਗਾਰੀ ਫੈਲੀ ਹੋਈ ਹੈ ਔਰ ਜਿਹੜਾ 1998 ਦੇ ਵਿੱਚ ਗੌਰਮੈਂਟ ਆਫ ਪੰਜਾਬ ਨੇ ਸਰਵੇ ਕਰਾਇਆ ਸੀਗਾ ਐਜੂਕੇਟਿਡ ਅਨਇੰਪਲਾਇਡ ਇਨ ਪੰਜਾਬ, ਉਹਦਾ ਫਿਗਰ 14,72,000 ਪਰਸਨ ਜਿਹੜੇ 18-35 ਸਾਲ ਦੀ ਉਮਰ ਵਿੱਚ ਬੇਰੁਜ਼ਗਾਰ ਸਨ। ਇਹਨਾਂ ਦੇ ਵਿੱਚੋਂ 62% ਪੜ੍ਹੇ ਲਿਖੇ 10ਵੀਂ ਜਾਂ ਉਸ ਤੋਂ ਵੱਧ, ਅਤੇ 38% ਜਿਹੜੇ 10ਵੀਂ ਤੋਂ ਘੱਟ ਪੜ੍ਹੇ ਸੀ, ਜਿਨ੍ਹਾਂ ਨੂੰ ਉਹਨਾਂ ਨੇ ਅਨਪੜ੍ਹਾਂ ਦੀ ਕਤਾਰ ਵਿੱਚ ਦਰਜ ਕੀਤਾ ਗਿਆ। ਇਹ ਗਿਣਤੀ ਉਸ ਤੋਂ ਬਾਅਦ ਕਿਸੇ ਨੇ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। 1998 ਤੋਂ ਬਾਅਦ ਜਿੰਨੇ ਲੋਕ ਕਹਿ ਰਹੇ ਨੇ ਕਿ ਪੰਜਾਬ 'ਚ 20 ਲੱਖ ਬੇਰੁਜ਼ਗਾਰ ਨੇ, 26 ਲੱਖ ਬੇਰੁਜ਼ਗਾਰ ਨੇ, ਸਭ ਅੰਦਾਜ਼ੇ ਨੇ, ਕਿਸੇ ਨੇ ਕੋਈ ਸਰਵੇ ਨਹੀਂ ਕਰਾਇਆ। ਮੈਂ 2-3 ਵਾਰੀ ਕੋਸ਼ਿਸ਼ ਕੀਤੀ ਆ ਕਿ ਇਹ ਅੰਦਾਜ਼ਾ ਲਾਇਆ ਜਾ ਸਕੇ, ਅਤੇ ਜਿਹੜੇ ਕੰਸਰਨ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਕੋਈ ਫੰਡ ਇਸ ਕੰਮ ਲਈ ਲਾਉਣੇ ਹੁੰਦੇ ਆ, ਉਹ ਕਹਿੰਦੇ ਜੇ ਤੁਹਾਡੇ ਕੋਲ ਆਪਣੇ ਪੈਸੇ ਹੈਗੇ ਤਾਂ ਆਪ ਅੰਦਾਜ਼ੇ ਲਾ ਲਓ, ਸਾਡੇ ਕੋਲ ਇਸ ਕੰਮ ਲਈ ਕੋਈ ਪੈਸਾ ਨਹੀਂ, ਨਾ ਸਾਡੀ ਤਰਜੀਹ ਹੈ। ਸੋ ਇਹ ਜਿਹੜੇ ਬੇਰੁਜ਼ਗਾਰੀ ਐਡੀ ਵਿਆਪਕ ਪੱਧਰ 'ਤੇ ਫੈਲ ਗਈ ਹੈ ਔਰ ਖਾਸ ਕਰਕੇ ਖੇਤੀ ਦੇ ਮਸ਼ੀਨਰੀ ਕਰਨ ਤੋਂ ਬਾਅਦ ਪਿੰਡਾਂ ਦੇ ਵਿੱਚ ਜੋ ਬੇਰੁਜ਼ਗਾਰ ਖਤਮ ਹੋ ਗਿਆ, 2 ਮਹੀਨੇ ਕੰਮਕਾਜ ਹੁੰਦਾ ਜਦੋਂ ਫਸਲ ਬੀਜਣੀ ਹੁੰਦੀ ਹੈ ਅਤੇ ਵੱਢਣੀ ਹੁੰਦੀ ਹੈ, ਉਸ ਤੋਂ ਬਾਅਦ ਵਿਹਲੇ ਲੋਕ ਨੇ ਔਰ ਜਿਹੜੇ ਲੋਕ ਥੋੜ੍ਹੇ ਬਹੁਤੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਰੁਜ਼ਗਾਰ ਜਿਸ ਪ੍ਰਕਿਰਿਆ ਨਾਲ ਦਿੱਤਾ ਜਾਂਦਾ ਉਹ ਵਿਚਾਰਨ ਵਾਲੀ ਗੱਲ ਹੈ। ਜਾਂ ਤਾਂ ਬਹੁਤ ਜ਼ਿਆਦਾ ਪੈਸੇ ਲਏ ਜਾਂਦੇ ਨੇ ਰੁਜ਼ਗਾਰ ਵਾਸਤੇ, ਜਾਂ ਬਹੁਤ ਵੱਡੀ ਸਿਫਾਰਿਸ਼ ਦੇ ਨਾਲ ਰੁਜ਼ਗਾਰ ਦਿੱਤੇ ਗਏ ਨੇ। ਔਰ ਸਾਡੇ ਡਿਪਟੀ CM ਨੇ ਪਿਛਲੇ ਸਮੇਂ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ। ਪਹਿਲਾਂ ਉਹ ਕਹਿੰਦੇ ਕਿ 1,13,000 ਵੈਕੈਂਸੀਆਂ ਖਾਲੀ ਨੇ, ਪਿਛਲੀ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ 1,20,000
ਵੈਕੈਂਸੀਆਂ ਖਾਲੀ ਨੇ, ਜਿਹਦਾ ਮਤਲਬ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਕਮ ਸੇ ਕਮ 1,20,000 ਲੋਕਾਂ ਨੂੰ ਉਹਨਾਂ ਨੇ ਡਿਲੀਬਰੇਟਲੀ ਬੇਰੁਜ਼ਗਾਰ ਰੱਖਿਆ, ਰਿਕਰੂਟਮੈਂਟ ਨਹੀਂ ਕੀਤੀ, ਡਾਕਟਰ ਨਹੀਂ ਰੱਖੇ, ਅਧਿਆਪਕ ਨਹੀਂ ਰੱਖੇ, ਪੈਰਾਮੈਡੀਕਲ ਸਟਾਫ ਨਹੀਂ ਰੱਖਿਆ, ਔਰ ਪਿੰਡਾਂ ਦੇ ਵਿੱਚ ਹੈਲਥ ਅਤੇ ਐਜੂਕੇਸ਼ਨ ਨੂੰ ਤਬਾਹ ਕਰਤਾ। ਜਿਹੜੇ ਸਾਫਟ ਟਾਰਗੇਟ ਨੇ ਉਹ ਇਹੀ ਨੇ, ਹੈਲਥ ਔਰ ਐਜੂਕੇਸ਼ਨ। ਹੈਲਥ ਔਰ ਐਜੂਕੇਸ਼ਨ ਦਾ ਬਜਟ ਲਗਾਤਾਰ ਘਟਾਇਆ ਗਿਆ ਰੈਲੇਟਿਵ ਸੈਂਸ ਦੇ ਵਿੱਚ। 1980-81 ਦੇ ਵਿੱਚ ਐਜੂਕੇਸ਼ਨ ਦੇ ਵਿੱਚ ਪੰਜਾਬ ਦਾ ਬਜਟ ਦਾ 23% 24% ਦੇ ਦਾ ਹਿੱਸਾ ਐਜੂਕੇਸ਼ਨ 'ਤੇ ਜਾਂਦਾ ਸੀ, ਜਿਹੜਾ ਅੱਜ ਘੱਟ ਕੇ 13-14% ਰਹਿ ਗਿਆ। ਸੋ ਸਾਡੀ ਤਰਜੀਹ ਹੈ ਕਿ ਅਸੀਂ ਡੰਡੇ ਨਾਲ ਰਾਜ ਕਰਨਾ, ਅਸੀਂ ਲੋਕਾਂ ਨੂੰ ਚੇਤੰਨ ਨਹੀਂ ਕਰਨਾ, ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਉੱਤੇ ਜਿਹੜਾ ਖਰਚ ਨਹੀਂ ਕਰਨਾ, ਔਰ ਵਿਆਪਕ ਤੌਰ 'ਤੇ ਬੇਰੁਜ਼ਗਾਰੀ ਰੱਖਣੀ ਹੈ। ਉਹਨਾਂ ਨੂੰ ਤੁਸੀਂ ਫਿਰ ਵਰਤਣਾ ਇਸ ਕੰਮ ਲਈ ਕਿ ਰੈਲੀਆਂ 'ਚ ਲੈ ਜਾਈਏ, ਉਹਨਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿੱਤੇ, ਰੋਟੀ ਦੇ ਦਿੱਤੀ, ਫਿਰ ਉਹਨਾਂ ਤੋਂ ਨਜਾਇਜ਼ ਧੰਦੇ ਕਰਾ ਲਏ, ਇਸ ਕੰਮ ਦੇ ਵਿੱਚ ਰੱਖਣ ਕਰਕੇ ਜਿਹੜਾ ਪੰਜਾਬ ਦਾ ਸੈਂਸੀਬਲ ਪੜ੍ਹਿਆ ਲਿਖਿਆ ਲੜਕਾ ਲੜਕੀ ਹੈ ਉਹਦੇ ਵਾਸਤੇ ਅਪਰਚੁਨਿਟੀਜ਼ ਬਹੁਤ ਘੱਟ ਗਈਆਂ ਨੇ, ਰਾਦਰ ਖਤਮ ਕਰ ਦਿੱਤੀਆਂ ਗਈਆਂ ਨੇ। ਔਰ ਜਿਹੜੀਆਂ ਰੁਜ਼ਗਾਰ ਦੇ ਪ੍ਰਤੀ ਨਵੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਜੇ ਨਵਾਂ ਬੰਦਾ ਰੈਗੂਲਰ ਗੌਰਮੈਂਟ ਸਰਵਿਸ ਜਾਂਦਾ ਹੈ ਤਾਂ 4 ਸਾਲ ਉਹਨੂੰ ਸਿਰਫ ਬੇਸਿਕ ਸੈਲਰੀ ਮਿਲਣੀ ਆ, ਨਾ ਉਹਨੂੰ DA ਦਿੱਤਾ ਜਾਏਗਾ, ਨਾ ਉਹਨੂੰ ਹਾਊਸ ਰੈਂਟ ਦਿੱਤਾ ਜਾਏਗਾ, ਅਤੇ ਨਾ ਹੀ ਉਹਦੀ ਇਹ ਸਰਵਿਸ ਜਿਹੜੀ ਆ ਰਿਟਾਇਰਮੈਂਟ ਬੈਨੀਫਿਟ ਵਾਸਤੇ ਕਾਊਂਟ ਕੀਤੀ ਜਾਏਗੀ। ਤੋ ਅਸੀਂ ਇਹ ਫੈਸਲਾ ਕਰ ਲਿਆ ਇਸ ਸਟੇਟ ਦੇ ਵਿੱਚ ਕਿ ਜਿਹੜੇ ਇੰਟੈਲੀਜੈਂਟ ਲੋਕ ਨੇ, ਜਿਨ੍ਹਾਂ ਦੀ ਕੋਈ ਕਮਿਟਮੈਂਟ ਵੀ ਹੈ ਪੰਜਾਬ 'ਚ ਕਰਨ ਦੀ, ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ, ਉਹ ਤਾਂ ਕਿ ਇੱਥੋਂ ਭੱਜ ਜਾਣ। ਇਹ ਐਕਸਪੈਰੀਮੈਂਟ ਡਾਕਟਰਾਂ ਦੇ ਸੰਬੰਧ 'ਚ ਰੂਲ ਡਾਕਟਰਾਂ ਦੇ ਸੰਬੰਧ 'ਚ ਇਹਨਾਂ ਨੇ 2 ਵਾਰੀ ਕੀਤਾ। ਇੱਕ ਵਾਰੀ ਇਹਨਾਂ ਨੇ ਕੀਤਾ ਕਿ ਅਸੀਂ ਸਰਵਿਸ ਪ੍ਰੋਵਾਈਡਰ ਰੱਖਾਂਗੇ ਔਰ ਉਹਨਾਂ ਨੂੰ 30,000 ਰੁਪਇਆ ਮਹੀਨੇ ਦੇਵਾਂਗੇ, ਡਾਕਟਰ ਵੀ ਹੋਏਗਾ, ਨਰਸ ਵੀ ਰੱਖੇਗਾ, ਇੱਕ ਅੱਧਾ ਕੋਈ ਹੋਰ ਪੈਰਾਮੈਡੀਕਲ ਸਟਾਫ ਵੀ ਰੱਖੇਗਾ। ਉਹਨਾਂ ਨੇ 2 ਸਾਲ ਨੌਕਰੀ ਕਰਨ ਤੋਂ ਬਾਅਦ ਹਰਿਆਣੇ 'ਚ ਨੌਕਰੀਆਂ ਨਿਕਲੀਆਂ, ਉਹਨਾਂ ਤਜਰਬਾ ਸ਼ੋਅ ਕਰਕੇ ਸਾਰੇ ਦੇ ਸਾਰੇ ਡਾਕਟਰ ਹਰਿਆਣੇ ਚਲ ਗਏ। ਸੈਕਿੰਡ ਟਾਈਮ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਰੱਖਾਂਗੇ, ਜਿੰਨੀ ਸਿਲੈਕਸ਼ਨ ਲਿਸਟ ਵਿੱਚ ਬੰਦੇ ਰੱਖੇ ਕੋਈ ਨਹੀਂ ਆਇਆ। ਫਿਰ ਇਹਨਾਂ ਨੇ ਕਿਹਾ ਕਿ ਐਕਸੈਪਸ਼ਨ ਦੇ ਤੌਰ 'ਤੇ ਡਾਕਟਰਾਂ ਵਾਸਤੇ ਅਸੀਂ ਜਿਹੜਾ ਇਹ ਰੂਲ ਹੈ ਅਮੈਂਡ ਕਰਦੇ ਹਾਂ। ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਕੀ 6,000 ਵਿੱਚ 10,000 ਦੇ ਵਿੱਚ ਕਿਸੇ ਇੰਪਲਾਈ ਨੂੰ ਰੱਖਣਾ ਅੱਜ ਦੇ ਜ਼ਮਾਨੇ ਵਿੱਚ ਕੋਈ ਜਾਇਜ਼ ਗੱਲ ਹੈ? ਇਹ ਦੱਸਦਾ ਕਿ ਅਸੀਂ ਪੰਜਾਬ ਨੂੰ, ਜਿਹੜੇ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਬਿਲਕੁਲ ਉਹਨਾਂ ਦੀ ਤ੍ਰਾਸਦੀ 'ਤੇ ਛੱਡ ਰਹੇ ਹਾਂ ਔਰ ਉਹਨਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਐਡੀ ਵੱਡੀ ਪੱਧਰ 'ਤੇ ਜੋ ਬੇਰੁਜ਼ਗਾਰੀ ਫੈਲੀ ਹੋਈ ਹੈ, ਮੈਂ ਸਮਝਦਾ ਕਿ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਡਿਮਾਂਡ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਰੁਜ਼ਗਾਰ ਨੀਤੀ ਜਿਹੜੀ ਆ ਆਪਣੇ ਏਜੰਡੇ ਵਿੱਚ ਦਰਜ ਕਰਨ ਔਰ ਇਹ ਕਮਿਟਮੈਂਟ ਦੇਣ ਪਬਲਿਕਲੀ ਕਿ ਅਸੀਂ ਉਹਨੂੰ ਲਾਗੂ ਕਰਾਂਗੇ। ਔਰ ਜਿਹੜੇ 2-3 ਕਿਸਮ ਦੇ ਬੇਰੁਜ਼ਗਾਰ ਨੇ, ਜਿਹੜੇ ਖੇਤੀ 'ਚੋਂ ਬਾਹਰ ਕਿਸਾਨ ਹੋ ਰਹੇ ਨੇ, ਉਹਨਾਂ ਨੂੰ ਉਹ ਕਿਵੇਂ ਅਬਜ਼ਰਵ ਕਰਨਗੇ, ਆਪਣਾ ਪ੍ਰੋਗਰਾਮ ਦੱਸਣ। ਔਰ ਜਿਹੜੇ ਬੱਚੇ 10ਵੀਂ 12ਵੀਂ ਪੜ੍ਹੇ ਨੇ, ਉਹਨਾਂ ਨੂੰ ਕਿਸ ਕਿਸਮ ਦਾ ਰੁਜ਼ਗਾਰ ਦੇਣਗੇ, ਕਿਸ ਕਿਸਮ ਦੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨਗੇ, ਪੈਦਾ ਕਰਨਗੇ। ਔਰ ਜਿਹੜੇ ਹਾਈਲੀ ਸਕਿੱਲਡ ਬੰਦੇ ਨੇ, ਇਹ ਵੀ ਇੱਕ ਖੋਜ ਦਾ ਵਿਸ਼ਾ ਹੈ ਕਿ ਮੋਹਾਲੀ ਦੇ ਵਿੱਚ ਜਿਹੜੀਆਂ ਸਾਫਟਵੇਅਰ ਕੰਪਨੀਆਂ ਆਈਆਂ, ਉਹ ਸਾਰੀਆਂ ਇੱਥੋਂ ਕਿਉਂ ਚਲੇਗੀਆਂ? ਕਿਉਂ ਅਸੀਂ ਮੋਹਾਲੀ ਨੂੰ ਇੱਕ ਸਾਫਟਵੇਅਰ ਦਾ ਹੱਬ ਨਹੀਂ ਬਣਾ ਸਕੇ? ਕਿਹਾ ਜਾਂਦਾ ਕਿ ਜਿੱਥੇ ਏਅਰਪੋਰਟ ਹੋਏ ਉੱਥੇ ਬੜੀ ਜਲਦੀ ਇਹ ਸਹੂਲਤ, ਏਅਰ ਜਿਹੜਾ ਸਾਫਟਵੇਅਰ ਇੰਡਸਟਰੀ ਡਿਵੈਲਪ ਹੋ ਜਾਂਦੀ ਹੈ, ਕੋਈ ਰਾ ਮਟੀਰੀਅਲ ਨਹੀਂ ਚਾਹੀਦਾ। ਇਹਦੇ ਪਿੱਛੇ ਜਿਹੜੀਆਂ ਪ੍ਰੀਡੇਟਰੀ ਐਕਸਟ੍ਰੈਕਸ਼ਨ ਨੇ, ਇਹ ਇਨਵੋਲਵਡ ਨੇ, ਇਹ ਵਿਚਾਰਨ ਦੀ ਗੱਲ ਹੈ। ਪੰਜਾਬ ਦੇ ਪਾਣੀਆਂ ਵਿੱਚ ਫੈਲਦਾ ਜਾ ਰਿਹਾ ਪ੍ਰਦੂਸ਼ਣ ਅਤੇ ਉਸਦੇ ਨਾਲ ਹੀ
ਜੋ ਪੰਜਾਬ ਦੀ ਆਰਥਿਕ ਸਥਿਤੀ ਹੈ, ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਕਗਾਰ 'ਤੇ ਹੈ ਅਤੇ ਕਿਵੇਂ ਪੰਜਾਬ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਅਤੇ ਉਹਦੇ ਬਾਰੇ ਵੀ ਡਾਕਟਰ ਸੁੱਚਾ ਸਿੰਘ ਗਿੱਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਦੂਸਰੀ ਗੱਲ ਮੈਂ ਫਿਸਕਲ ਮਿਸਮੈਨੇਜਮੈਂਟ ਦੀ ਕਰਨੀ ਚਾਹੁੰਦਾ। ਸਾਡੇ ਅਸੀਂ ਚੁਣ ਕੇ ਨੁਮਾਇੰਦੇ ਇੱਥੋਂ ਭੇਜਦੇ ਹਾਂ, ਬਜਟ ਜਿਹੜਾ ਦੋ ਦਿਨਾਂ 'ਚ ਪਾਸ ਹੋ ਜਾਂਦਾ। ਬਹੁਤ ਸਾਰੀ ਵਾਰੀ ਬਜਟ ਦੇ ਵਿੱਚ ਤਿੰਨ ਕਿਸਮ ਦੀਆਂ ਫਿਗਰਾਂ ਦਿੱਤੀਆਂ ਜਾਂਦੀਆਂ ਨੇ। ਇੱਕ ਤਾਂ ਬਜਟ ਦੀ ਫਿਗਰ ਹੁੰਦੀ ਆ ਕਿ ਇੰਨਾ ਸਾਡਾ ਰੈਵਨਿਊ ਹੋਏਗਾ, ਇਸ ਸਾਲ ਇੰਨਾ ਅਸੀਂ ਖਰਚ ਕਰਾਂਗੇ। ਇੱਕ ਰਿਵਾਈਜ਼ ਫਿਗਰ ਹੁੰਦੀ ਹੈ। ਤੀਸਰੀ ਹੁੰਦੀ ਆ ਕਿ ਐਕਚੁਅਲ ਫਿਗਰ ਜਿਹੜੀ ਆ ਕੇਜ ਦੀ ਕੰਟਰੋਲਰ ਐਂਡ ਐਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ ਆਉਂਦੀ ਹੈ। ਸਾਡੇ ਜੋ ਨੁਮਾਇੰਦੇ ਜਾਂਦੇ ਨੇ ਉਹ ਨਾ ਦਾ ਬਜਟ ਨੂੰ ਪੜ੍ਹਦੇ ਨੇ, ਉਹ ਜਿਹੜੀ ਐਕਚੁਅਲ ਬਜਟ ਅਤੇ ਬਜਟਡ ਫਿਗਰ ਹੈ ਉਹ 'ਚ ਗੈਪ ਕਿੰਨਾ ਹੈ, ਕਿੰਨੀ ਗੱਪ ਮਾਰੀ ਜਾਂਦੀ ਆ ਕਿ ਅਸੀਂ ਇੰਨਾ ਰੈਵਨਿਊ ਇਕੱਠਾ ਕਰਾਂਗੇ, ਇੰਨਾ ਸਪੈਂਡ ਕਰਾਂਗੇ। ਐਕਚੁਅਲੀ ਇਹ ਵਿਚਾਰਨ ਦੀ ਗੱਲ ਹੈ। ਔਰ ਬਾਅਦ ਵਿੱਚ ਕੀਤਾ ਇਹ ਜਾਂਦਾ ਹੈ ਕਿ ਬਹੁਤ ਸਾਰੇ ਜਿਹੜੇ ਜੈਨੂਅਨ ਏਰੀਆ ਨੇ ਜਿੱਥੇ ਖਰਚ ਕਰਨ ਦੀ ਗੱਲ ਹੈ ਉੱਥੇ ਖਰਚ ਨਹੀਂ ਕੀਤਾ ਜਾਂਦਾ, ਔਰ ਕਰਜ਼ਾ ਲੈ ਕੇ ਖਰਚ ਕੀਤਾ ਜਾਂਦਾ। ਟੈਕਸ ਦੀ ਵੱਡੀ ਪੱਧਰ 'ਤੇ ਚੋਰੀ ਕਰਵਾਈ ਜਾ ਰਹੀ ਹੈ, ਔਰ ਜਿਹੜਾ ਹੈ ਪੈਸੇ ਜਿਹੜੇ ਨੇ ਲੋਕਾਂ ਦੇ ਟੈਕਸ ਤੋਂ ਇਕੱਠੇ ਕੀਤੇ ਜਾ ਰਹੇ, ਉਹ ਲੋਕਾਂ ਦੇ ਖਰਚਣ ਦੀ ਬਜਾਏ ਉਹ ਕਿਸੇ ਹੋਰ ਪਾਸੇ ਜਾ ਰਹੇ ਨੇ। ਔਰ ਜਿਹੜੀ ਪਬਲਿਕ ਪ੍ਰਾਪਰਟੀ ਹੈ ਜਿਹੜੀ ਕਿ ਫਿਊਚਰ ਦੇ ਵਿਕਾਸ ਵਾਸਤੇ ਵਰਤੀ ਜਾ ਸਕਦੀ ਹੈ, ਉਹਨੂੰ ਲਗਾਤਾਰ ਵੇਚਿਆ ਜਾ ਰਿਹਾ, ਉਹਨੂੰ ਮਾਰਟਗੇਜ ਕੀਤਾ ਜਾ ਰਿਹਾ, ਔਰ ਅਗਲੀ ਜਨਰੇਸ਼ਨ ਜਿਹੜੀ ਹੈ ਉਹਦੇ ਵਾਸਤੇ ਅਸੀਂ ਬੜੀ ਮਾੜੀ ਪੋਜੀਸ਼ਨ ਕ੍ਰੀਏਟ ਕਰ ਰਹੇ ਹਾਂ। ਸੋ ਇਸ ਫਿਸਕਲ ਮੈਨੇਜਮੈਂਟ ਤੋਂ ਕਿਵੇਂ ਬਾਹਰ ਨਿਕਲਿਆ ਜਾਵੇ, ਔਰ ਇਸ ਵੇਲੇ 1,25,000 ਕਰੋੜ ਦਾ ਜਿਹੜਾ ਡੈਟ ਹੋ ਗਿਆ, ਜਿਹੜਾ ਕਿ ਜਦੋਂ 10 ਸਾਲ ਪਹਿਲਾਂ ਇਹ 51,000 ਕਰੋੜ ਰੁਪਏ ਦਾ ਸੀਗਾ, ਔਰ 20% ਤੋਂ ਵੱਧ ਗੌਰਮੈਂਟ ਦਾ ਬਜਟ ਜਿਹੜਾ ਉਹ ਕਰਜ਼ੇ ਨੂੰ ਸਰਵਿਸ ਕਰਨ ਵਾਸਤੇ ਜਾ ਰਿਹਾ। ਇਹ ਕਿਹਾ ਰਿਹਾ ਕਰਜ਼ਾ ਮਾਫ ਕਰੇ, ਕਰਜ਼ਾ ਸਾਰਾ ਕਮਰਸ਼ੀਅਲ ਹੈ, ਜਿਹੜਾ ਸੈਂਟਰ ਗੌਰਮੈਂਟ ਦਾ ਕਰਜ਼ਾ ਹੈ ਬਹੁਤ ਥੋੜ੍ਹਾ ਹੈ, ਜ਼ਿਆਦਾ ਕਰਜ਼ਾ ਬੈਂਕਾਂ ਤੋਂ ਲੈ ਕੇ ਜਿਹੜਾ ਹੈ ਖਰਚ ਕੀਤਾ ਜਾ ਰਿਹਾ। ਔਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਸਰਕਾਰ ਹੈ ਜਿੰਨੀਆਂ ਮਰਜ਼ੀ ਡੀਂਗਾਂ ਮਾਰੇ, ਜਿੰਨੇ ਮਰਜ਼ੀ ਜਿਹੜੀਆਂ ਕਲੇਮ ਕਰੇ, ਇਹਨਾਂ ਦੇ ਕੋਲ ਡਿਵੈਲਪਮੈਂਟ ਵਾਸਤੇ ਇੰਟਰਵੀਨ ਕਰਨ ਲਈ ਕੋਈ ਪੈਸਾ ਨਹੀਂ। ਔਰ ਪਿਛਲੇ ਬਜਟ ਦੇ ਵਿੱਚ ਇਹਨਾਂ ਨੇ 4800 ਕਰੋੜ ਰੁਪਈਆ ਸਿਰਫ ਕੈਪੀਟਲ ਡਿਵੈਲਪਮੈਂਟ ਵਾਸਤੇ ਰੱਖਿਆ ਗਿਆ। ਸੋ ਇਸ ਗੱਲ ਨੂੰ ਐਕਸਪਲੇਨ ਕਰਦਾ ਕਿ ਅਸੀਂ ਡਿਵੈਲਪਮੈਂਟ 'ਚ ਇੰਟਰਸਟਡ ਹੋਣ ਦੀ ਬਜਾਏ ਅਸੀਂ ਆਪਣੇ ਮੁਨਾਫੇ ਵਧਾਉਣ 'ਚ ਇੰਟਰਸਟਡ ਹੈ। ਔਰ ਜ਼ਿਆਦਾਤਰ ਜਿਹੜੇ ਸਾਡੇ ਸਿਆਸਤਦਾਨ ਨੇ ਉਹ ਸਿਆਸਤ ਵਿੱਚ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ ਆ ਰਹੇ ਨੇ, ਲੋਕ ਸੇਵਾ ਲਈ ਨਹੀਂ ਆ ਰਹੇ। ਔਰ ਇਸ ਕਰਕੇ ਜਿਹੜਾ ਏਜੰਡਾ ਹੀ ਜਦੋਂ ਲੋਕਾਂ ਨੂੰ ਲੁੱਟਣਾ ਹੋਵੇ, ਆਪਣਾ ਬਿਜ਼ਨਸ ਪ੍ਰਮੋਟ ਕਰਨਾ ਹੋਵੇ, ਤਾਂ ਲੋਕਾਂ ਦਾ ਵਿਕਾਸ, ਲੋਕਾਂ ਦਾ ਭਲਾ, ਲੋਕਾਂ ਦੀ ਭਾਸ਼ਾ, ਉਹਦੇ ਬਾਰੇ ਕਿਉਂ ਵਿਚਾਰ ਕਰਨਗੇ। ਤੀਸਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਬਹੁਤ ਸਾਰਾ ਕੰਮਕਾਜ ਜਿਹੜਾ ਸਟੇਟ ਵਿੱਚ ਹੈ ਉਹ ਅਡਹਾ ਕਿਸਮ ਨਾਲ ਚਲਾਇਆ ਜਾਂਦਾ ਹੈ। ਜੌਹਲ ਸਾਹਿਬ 5 ਸਾਲ ਪੰਜਾਬ ਸਟੇਟ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਨੇ, ਜ਼ਿੰਮੇਵਾਰ ਰਹੇ ਨੇ। ਇਹ ਬਖੂਬੀ ਇਸ ਗੱਲ ਨੂੰ ਜਾਣਦੇ ਨੇ ਕਿ ਕਿਸੇ ਦਾ ਡਿਵੈਲਪਮੈਂਟ ਵਿੱਚ, ਪਲਾਨਿੰਗ ਦੇ ਵਿੱਚ, ਪਾਲਿਸੀ ਮੇਕਿੰਗ ਦੇ ਵਿੱਚ ਕੋਈ ਇੰਟਰਸਟ ਨਹੀਂ। ਪੰਜਾਬ ਸਟੇਟ ਪਲਾਨਿੰਗ ਬੋਰਡ ਜਿਹੜਾ ਕਿ ਥਿੰਕ ਟੈਂਕ ਹੋਣਾ ਚਾਹੀਦਾ ਹੈ ਪਾਲਿਸੀ ਮੇਕਿੰਗ ਦੇ ਵਿੱਚ, ਉਹਦਾ ਰੋਲ ਬਿਲਕੁਲ 0 ਦੇ ਬਰਾਬਰ ਹੈ। ਪੰਜਾਬ ਦੇ ਵਿੱਚ ਐਗਰੀਕਲਚਰ ਪਾਲਿਸੀ ਕੋਈ ਨਹੀਂ ਹੈ। 2 ਵਾਰੀ ਤਾਂ ਇਹਨਾਂ ਨੇ ਰਿਪੋਰਟਾਂ ਦਿੱਤੀਆਂ। ਮਾਰਚ 2013 ਦੇ ਵਿੱਚ ਕਾਲਕਟ ਸਾਹਿਬ ਨੇ ਰਿਪੋਰਟ ਦਿੱਤੀ ਪੰਜਾਬ ਐਗਰੀਕਲਚਰ ਪਾਲਿਸੀ। 2016 ਦਾ ਮਾਰਚ ਆਉਣ ਵਾਲਾ ਹੈ, ਉਸ ਨੂੰ ਕਿਸੇ ਨੇ ਅਡਾਪਟ ਹੀ ਨਹੀਂ ਕੀਤਾ, ਨਾ ਰਿਜੈਕਟ ਕੀਤਾ, ਨਾ ਸੋਧ ਕੀਤੀ। ਸੋ ਵੀ ਆਰ ਅਡਾਪਟਿੰਗ ਐਗਰੀਕਲਚਰ ਪਾਲਿਸੀ ਵਿਚ ਇਜ਼ ਅਡਹਾਕ ਇਨ ਨੇਚਰ।
ਉਹਦੇ 'ਚ ਤਾਂ ਫਿਰ ਅਸੀਂ ਕਿਸੇ ਅਫਸਰ ਨੂੰ ਕਦੀ ਘੇਰ ਲੈਂਦੇ ਹਾਂ ਕਿ ਉਹਨੇ ਆਹ ਕੰਮ ਨਹੀਂ ਕੀਤਾ, ਕਿਸੇ ਕੋਈ ਹੋਰ ਲੀਡਰ ਨੂੰ ਘੇਰ ਲੈਂਦੇ ਹਾਂ, ਇਹੋ ਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਨੇ। ਔਰ ਚਿੱਟੀ ਜਦੋਂ ਮੱਖੀ ਪੈਂਦੀ ਆ ਅਤੇ ਕਾਟਨ ਦੀ ਫਸਲ ਚਲੀ ਜਾਂਦੀ ਆ, ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਛੋਟੇ ਪੱਧਰ 'ਤੇ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਾਣੀ ਸਾਡਾ ਧਰਤੀ ਦੇ ਥੱਲੋਂ ਖਤਮ ਹੋ ਗਿਆ। ਔਰ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ, ਜਿਹੜੇ ਪਲਾਨਿੰਗ ਕਮਿਸ਼ਨ ਦੀ ਰਿਪੋਰਟ ਦੇਖੀਏ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਕਿਸਮ ਦੇ ਜ਼ਹਿਰ ਜਿਹੜੇ ਨੇ ਉਹ ਗਰਾਊਂਡ ਵਾਟਰ ਦੇ ਵਿੱਚ ਚਲੇ ਗਏ ਨੇ। ਔਰ ਇਸ ਵਾਟਰ ਨੂੰ ਕਿਵੇਂ ਬਚਾਉਣਾ ਹੈ ਔਰ ਇਸ ਜ਼ਹਿਰ ਤੋਂ ਕਿਵੇਂ ਬਚਣਾ ਹੈ, ਸਾਡੇ ਕੋਲ ਵਾਟਰ ਪਾਲਿਸੀ ਨਹੀਂ ਹੈ। ਸੋ ਪਾਲਿਸੀ ਮੇਕਿੰਗ ਜਦੋਂ ਅਡਹਾਕ ਤਰੀਕੇ ਦੇ ਨਾਲ ਕਰਾਂਗੇ, ਔਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਚੈੱਕ ਵੰਡੀ ਜਾਣਗੇ, ਉਹ ਜਿਹੜੀਆਂ ਸੰਗਤ ਦਰਸ਼ਨ ਦੇ ਵਿੱਚ ਡਿਵੈਲਪਮੈਂਟ ਵਾਲਾ ਪੈਸਾ ਦੇਈ ਜਾਣਗੇ ਉਹਨਾਂ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਪਾਰਟੀ ਨਾਲ ਜੁੜੇ ਨੇ। ਪਾਰਟੀਸਨ ਸਾਰਾ ਏਜੰਡਾ ਬਣਾ ਦਿੱਤਾ ਗਿਆ। ਇਸ ਪਾਰਟੀਸਨ ਏਜੰਡੇ ਤੋਂ ਡਿਵੈਲਪਮੈਂਟ ਦਾ ਏਜੰਡਾ ਲੋਕਾਂ ਦੇ ਓਰੀਐਂਟਿਡ ਔਰ ਇੱਕ ਜਿਹੜਾ ਲੋਕ ਪੱਖੀ ਕਿਵੇਂ ਬਣਾਇਆ ਜਾਏ, ਇਹ ਵਿਚਾਰਨ ਦੀ ਗੱਲ ਬੜੀ ਇੰਪੋਰਟੈਂਟ ਹੈ। ਔਰ ਖੇਤੀਬਾੜੀ ਜਿਹੜੀ ਕਿ ਸਾਡਾ ਮੁੱਖ ਧੰਦਾ, ਇਸ ਕਰਕੇ ਨਹੀਂ ਕਿ 35-36% ਜਾਂ 38% ਲੋਕ ਸਿੱਧੇ ਤੌਰ 'ਤੇ ਰੁਜ਼ਗਾਰ ਨਾਲ ਜੁੜੇ ਹੋਏ ਨੇ, ਬਾਕੀ ਦਾ ਜਿਹੜਾ ਪਿੰਡ ਹੈ ਜਿਹੜਾ ਕਿ 60-62% ਲੋਕ ਪਿੰਡਾਂ 'ਚ ਰਹਿੰਦੇ ਨੇ, ਉਹ ਇਨਡਾਇਰੈਕਟਲੀ ਇਹਦੇ ਨਾਲ ਜੁੜੇ ਨੇ। ਕਾਫੀ ਮੰਡੀਆਂ ਦਾ ਕੰਮਕਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਖੇਤੀਬਾੜੀ ਘੋਰ ਸੰਕਟ 'ਚ ਹੈ। ਹਰ ਰੋਜ਼ 3-4 ਕਿਸਾਨਾਂ ਦੇ ਆਤਮ ਹੱਤਿਆਵਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ। ਉਹਨਾਂ ਦੀਆਂ ਫੈਮਿਲੀਜ਼ ਦਾ ਕਿੰਨਾ ਬੁਰਾ ਹਾਲ ਹੈ, ਕਿਵੇਂ ਬੱਚੇ ਸਕੂਲਾਂ ਤੋਂ ਬਾਹਰ ਨੇ, ਕੁਛ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਰੋਟੀ ਪਾਣੀ ਤੋਂ ਵੀ ਔਖੇ ਨੇ, ਔਰ ਗੁਆਂਢੀ ਜਿਹੜੇ ਨੇ ਥੋੜ੍ਹਾ ਬਹੁਤਾ ਉਹਨਾਂ ਨੂੰ ਰੋਟੀ ਪਾਣੀ ਦੇ ਰਹੇ ਨੇ, ਜਿਵੇਂ ਅੱਜ ਦੀ ਰਿਪੋਰਟਿੰਗ ਵਿੱਚ ਲੱਗਾ ਹੋਇਆ। ਅਤੇ ਉਹਨਾਂ ਬਾਰੇ ਅਸੀਂ ਕੀ ਕਰ ਰਹੇ ਹਾਂ? ਪਹਿਲਾਂ ਤਾਂ ਅਸੀਂ ਸੋਚਦੇ ਰਹੇ ਕਿ ਸੁਸਾਈਡ ਹੋ ਹੀ ਨਹੀਂ ਰਹੇ ਫਾਰਮਰਸ ਦੇ, ਫਿਰ ਸਟੱਡੀ ਕਰਾਈ, ਫਿਰ ਉਹਦੇ 'ਤੇ ਸਟੱਡੀ ਕਰਾਤੀ, ਫਿਰ ਇਹ 2 ਸਾਲ ਵਿਚਾਰਦੇ ਰਹੇ ਕਿ ਉਹਨਾਂ ਨੂੰ ਕੰਪਨਸੇਸ਼ਨ ਕਿੰਨਾ ਦਿੱਤਾ ਜਾਏ, 2 ਲੱਖ 3 ਲੱਖ ਦਿੱਤਾ ਜਾਏ, 2 ਲੱਖ ਉਹਨਾਂ ਨੂੰ ਮੌਕੇ 'ਤੇ ਦਿੱਤਾ ਜਾਏ, 1 ਲੱਖ ਦੀ FD ਕਰਾਤੀ ਜਾਏ। ਸੋ ਇਹ ਜਿਹੜਾ ਹੁਣ ਜਦੋਂ ਨੇੜੇ ਜਿਹਾ ਆਇਆ ਤਾਂ ਹੁਣ ਕਹਿੰਦੇ ਉਸੇ ਦਿਨ ਹੀ ਕੰਪਨਸੇਸ਼ਨ ਦਿੱਤਾ ਜਾਏ। ਇਹ ਜਿਹੜਾ ਅਡਹਾਕਜ਼ਮ ਹੈ ਸਾਰੇ ਦਾ ਸਾਰਾ, ਜਿਹਦੇ ਨਾਲ ਸਾਡਾ ਅਰਥਚਾਰਾ ਸਾਰੇ ਦਾ ਸਾਰਾ ਤਬਾਹ ਹੋ ਗਿਆ, ਸਾਡੀ ਸੁਸਾਇਟੀ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਗਿਆ। ਇੱਕ ਉਹ ਜਿਹੜੇ ਨੇ ਰਾਜ ਕਰਨ ਵਾਲੇ 100-150 ਫੈਮਿਲੀਜ਼ ਨੇ ਸਟੇਟ ਦੇ ਵਿੱਚ, ਦੂਜੇ ਪਾਸੇ ਉਹ ਲੋਕ ਜਿਹੜੇ ਇਸ ਸਾਰੇ ਪ੍ਰੋਸੈਸ ਦੇ ਸ਼ਿਕਾਰ ਨੇ। ਇਸ ਜਿਹੜਾ ਪਾੜੇ ਨੂੰ ਕਿਵੇਂ ਘਟਾਇਆ ਜਾਏ, ਇਹ ਵਿਚਾਰਨ ਵਾਲੀ ਵੱਡੀ ਗੱਲ ਹੈ। ਔਰ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਕਿ ਨਵੀਂ ਸਰਕਾਰ ਟੇਕ ਓਵਰ ਕਰੇਗੀ ਔਰ ਜਿੱਦਾਂ ਦਾ ਕਰਜ਼ੇ ਦਾ ਭਾਰ ਉਹਦੇ ਸਿਰ ਹੋਵੇਗਾ ਔਰ ਜਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਇੱਥੇ ਦੀ ਵਰਕ ਫੋਰਸ ਨੂੰ ਪਲੇਸ ਕਰ ਰਹੇ ਹਾਂ, ਇਹ ਬਹੁਤ ਪਹਾੜ ਜਿੱਡੀਆਂ ਸਮੱਸਿਆਵਾਂ ਨੇ, ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾਏਗਾ? ਇਸ ਕਿਸਮ ਦਾ ਏਜੰਡਾ ਜਿਹੜਾ ਹੈ ਮੈਂ ਸਮਝਦਾ ਕਿ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਔਰ ਉਹਦੇ 'ਤੇ ਬਖੂਬੀ ਡਿਸਕਸ਼ਨ ਹੋਣੀ ਚਾਹੀਦੀ ਆ, ਅਤੇ ਲੋਕ ਜਿਹੜੇ ਇਲੈਕਸ਼ਨ ਲੜ ਰਹੇ ਨੇ ਕੈਂਡੀਡੇਟ ਹੋਣ ਉਹਨਾਂ ਤੋਂ ਪੁੱਛਣ ਕਿ ਤੁਸੀਂ ਇਸ ਏਜੰਡੇ ਦੇ ਉੱਤੇ ਹਾਂ ਪੱਖੀ ਜੇ ਵਿਚਾਰ ਦਿੰਦੇ ਜੇ ਤਾਂ ਅਸੀਂ ਤੁਹਾਨੂੰ ਵੋਟ ਬਾਰੇ ਕੰਸਿਡਰ ਕਰਾਂਗੇ, ਜੇ ਤੁਸੀਂ ਇਸ 'ਤੇ ਕਮਿਟ ਨਹੀਂ ਕਰਦੇ ਤਾਂ ਅਸੀਂ ਤੁਹਾਡੇ 'ਤੇ ਇਤਬਾਰ ਨਹੀਂ ਕਰਦੇ। ਔਰ ਇਹ ਕਮਿਟਮੈਂਟ ਲਈ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀਆਂ 1,20,000 ਵੈਕੈਂਸੀਆਂ ਖਾਲੀ ਪਈਆਂ ਨੇ ਇਹਨਾਂ ਨੂੰ ਭਰਿਆ ਜਾਏਗਾ ਔਰ ਕੋਈ ਵੈਕੈਂਸੀ 6 ਮਹੀਨੇ ਤੋਂ ਬਾਅਦ ਖਾਲੀ ਨਹੀਂ ਰੱਖੀ ਜਾਏਗੀ, ਔਰ ਜਿਹੜਾ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਏਗਾ
ਉਹਨੂੰ ਜੋ ਵੀ ਬਣਦਾ ਉਹਦਾ ਫੁੱਲ ਸਕੇਲ ਹੈ ਜਿਹੜਾ ਪਰਮਾਨੈਂਟ ਇੰਪਲਾਈ ਲੈਂਦਾ ਹੈ ਉਹ ਦਿੱਤਾ ਜਾਏਗਾ। ਦੂਸਰੀ ਕਮਿਟਮੈਂਟ ਉਹਨਾਂ ਤੋਂ ਲਈ ਇਹ ਲਈ ਜਾਏ ਕਿ ਜਿਹੜੇ ਬਾਕੀ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਕਿ ਅਸੀਂ ਸੈਲਫ ਇੰਪਲਾਇਡ ਕਰਾਂਗੇ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਰੁਜ਼ਗਾਰ ਦੇਵਾਂਗੇ, ਉਹਨਾਂ ਬਾਰੇ ਉਹਨਾਂ ਦਾ ਕੀ ਵਿਚਾਰ ਹੈ। ਸਾਡੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਬੱਦੀ ਜਾਂ ਦੂਜੇ ਟਾਊਨ ਡਿਵੈਲਪ ਹੋਏ ਨੇ, ਉਹਨਾਂ ਨੇ ਸ਼ਰਤ ਲਾਈ ਕਿ ਜਿਨ੍ਹਾਂ ਕੰਪਨੀਆਂ ਨੂੰ ਅਸੀਂ ਜ਼ਮੀਨ ਦੇਵਾਂਗੇ ਜਾਂ ਕੋਈ ਸਹੂਲੀਅਤ ਦੇਵਾਂਗੇ, ਉਹਨਾਂ ਦੇ ਵਿੱਚ ਕੁਛ ਪ੍ਰਤੀਸ਼ਤ ਰੁਜ਼ਗਾਰ ਜਿਹੜਾ 70% ਰੁਜ਼ਗਾਰ ਜਿਹੜਾ ਉੱਥੋਂ ਦੇ ਹਿਮਾਚਲੀਆਂ ਨੂੰ ਦੇਵਾਂਗੇ। ਪੰਜਾਬ ਦੇ ਵਿੱਚ ਕਿਉਂ ਅਸੀਂ ਇਸ ਗੱਲ ਵੱਲ ਨੂੰ ਨਹੀਂ ਵੱਧ ਸਕਦੇ, ਔਰ ਪੰਜਾਬ ਦੇ ਆਪਣੇ ਨੌਜਵਾਨ ਜਿਹੜੇ ਨੇ ਪੜ੍ਹੇ ਲਿਖੇ, ਘੱਟ ਪੜ੍ਹੇ ਲਿਖੇ, ਵੱਧ ਪੜ੍ਹੇ ਲਿਖੇ, ਉਹਨਾਂ ਵਾਸਤੇ ਰੁਜ਼ਗਾਰ ਦੀਆਂ ਸਹੂਲਤਾਂ ਨਹੀਂ ਪੈਦਾ ਕਰਦੇ ਤਾਂ ਪੰਜਾਬ ਵਿੱਚ ਨਸ਼ਾ ਵੀ ਵਧੇਗਾ, ਪੰਜਾਬ ਦੇ ਵਿੱਚ ਵਾਇਲੈਂਸ ਵੀ ਵਧੇਗੀ, ਪੰਜਾਬ ਦੇ ਵਿੱਚ ਜਿਹੜਾ ਸੁਸਾਇਟੀ ਦਾ ਘਾਣ ਹੋਊਗਾ, ਔਰ ਸੁਸਾਇਟੀ ਜਿਹੜੀ ਹੈ ਉਹ ਦੋ ਹਿੱਸਿਆਂ 'ਚ ਵੰਡੀ ਜਾਏਗੀ, ਇੱਕ ਰਾਜ ਕਰਨ ਵਾਲੇ ਅਤੇ ਇੱਕ ਜਿਨ੍ਹਾਂ 'ਤੇ ਰਾਜ ਕੀਤਾ ਜਾਂਦਾ ਔਰ ਜਿਨ੍ਹਾਂ ਨੂੰ ਤੰਗ ਕੀਤਾ ਜਾਂਦਾ ਔਰ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਲੁਪਤ ਕੀਤਾ ਜਾ ਰਿਹਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਇੱਥੇ ਮੁਕਾਉਣੀ ਚਾਹੂੰਗਾ।